ਸਤਿ ਸ਼੍ਰੀ ਅਕਾਲ ਜੀ ਦੋਸਤੋ ਦੋਸਤੋ ਪਹਿਲਾਂ ਤਾਂ ਅੱਜ ਜੀ ਹੈਗਾ ਪਿੰਡ ਹੈਗਾ ਪਿਲਸੀਆਂ ਫਤਿਹਾਬਾਦ ਜ਼ਿਲ੍ਹਾ ਜੀ ਇਹ ਝਨੀਰ ਦੇ ਬਿਲਕੁਲ 10 ਕਿਲੋਮੀਟਰ ਨੇੜੇ ਹੈ ਜੀ ਝਨੀਰ ਦੇ ਪੰਜਾਬ ਅਤੇ ਹਰਿਆਣੇ ਦੇ ਬਾਰਡਰ 'ਤੇ ਪਿੰਡ ਲੱਗਦਾ ਜੀ ਇਹ ਦੋਸਤੋ ਵੀਰ ਦਾ ਨਾਮ ਆ ਰਘਵੀਰ ਸਿੰਘ ਤੁਹਾਨੂੰ ਇੱਕ ਅਸੀਂ ਵੀਡੀਓ ਰਾਹੀਂ ਤੁਹਾਡੇ ਤੱਕ ਆਵਾਜ਼ ਸਾਡੀ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਅਸੀਂ ਅਤੇ ਤੁਹਾਨੂੰ ਅਸੀਂ ਵੀਰ ਦੇ ਹਾਲਾਤ ਵੀ ਦਿਖਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਹਾਲਾਤ ਦੇਖ ਕੇ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਹੈ ਨਾ ਤੁਹਾਡੇ ਵਿੱਚੋਂ ਸਾਨੂੰ ਕੋਈ ਵੀਰ ਪਿਆਰਾ ਭਾਈ ਕੋਈ ਸੱਜਣ ਇਹੋ ਜਿਹਾ ਮਿਲੂਗਾ ਨਾ ਜਿਹੜਾ ਵੀਰ ਦਾ ਇਲਾਜ ਕਰਾਊਗਾ ਕਿਉਂਕਿ ਇਲਾਜ ਸਾਨੂੰ ਲੱਗਦਾ ਵੀ ਇਲਾਜ ਬਹੁਤ ਮਹਿੰਗਾ ਸਾਡੇ ਬਸ ਤੋਂ ਬਾਹਰ ਦੀ ਗੱਲ ਆ ਹੈ ਨਾ ਅਤੇ ਅਸੀਂ ਵੀਰ ਦੀ ਮਦਦ ਵੀ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਆ ਕੇ ਇੱਕ ਮਿੰਟ ਥੋੜ੍ਹਾ ਜਿਹਾ ਨੇੜੇ ਦਿਖਾਓ ਇਹ ਵੀਰ ਦੇ ਨਾ ਖੂਹ ਦੇ ਵਿੱਚ ਡਿੱਗਣ ਦੇ ਨਾਲ ਵੀਰ ਦੀ ਰੀੜ ਦੀ ਹੱਡੀ ਟੁੱਟ ਗਈ ਸੀਗੀ ਅਤੇ ਪੈਰਾਂ ਦਾ ਨੁਕਸਾਨ ਹੋਇਆ ਹੈ ਨਾ ਥੋੜ੍ਹਾ ਜਿਹਾ ਪਿੰਡ ਨੇ ਵੀ ਸਾਰਾ ਇਲਾਜ ਵੀ ਕਰਾਇਆ ਥੋੜ੍ਹਾ ਟਾਈਮ ਅਤੇ ਮੈਂ ਤੁਹਾਨੂੰ ਜਿਹੜੀ ਚੀਜ਼ ਦੱਸਣਾ ਚਾਹੁੰਦਾ ਇਹ ਵੀਰ 14 ਸਾਲਾਂ ਤੋਂ ਮੰਜੇ 'ਤੇ ਮੁੱਧਾ ਹੀ ਪਿਆ ਜਿਹੜੀ ਚੀਜ਼ ਕਰਕੇ ਸਾਨੂੰ ਇੱਥੇ ਆਉਣਾ ਪਿਆ ਮਹਾਰਾਜ ਨੇ ਸਾਨੂੰ ਇਹ ਸੇਵਾ ਬਖਸ਼ੀ 14 ਸਾਲ ਤੋਂ ਵੀਰ ਮੰਜੇ 'ਤੇ ਪਿਆ ਤੁਸੀਂ ਇੱਕ ਚੀਜ਼ ਨੂੰ ਅੰਦਾਜ਼ਾ ਲਾ ਸਕਦੇ ਹੋ ਵੀ ਆਪਾਂ ਨੂੰ ਇੱਕ ਦਿਨ ਘਰ ਦਾ ਕੱਟਣਾ ਬਹੁਤ ਔਖਾ ਹੋ ਜਾਂਦਾ 14 ਸਾਲ ਬਹੁਤ ਵੱਡੇ ਦਿਨ ਨੇ ਬਹੁਤ ਜ਼ਿਆਦਾ ਦਿਨ ਨੇ ਦੋਸਤੋ ਮੈਂ ਸਮਝਦਾ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤੁਹਾਡੇ ਵਿੱਚੋਂ ਸਾਨੂੰ ਕੋਈ ਇਹੋ ਜਿਹਾ ਵੀਰ ਪਿਆਰਾ ਭਾਈ ਮਿਲੂਗਾ ਜਿਵੇਂ ਕਿ ਪਹਿਲਾਂ ਬੱਚਿਆਂ ਦਾ ਇਲਾਜ ਚੱਲ ਰਿਹਾ ਨਾ ਪਹਿਲਾਂ ਕੈਂਸਰ ਵਾਲੀ ਭੈਣ ਦਾ ਵੀ ਇਲਾਜ ਚੱਲ ਰਿਹਾ ਉਹ ਤੁਹਾਡੇ ਸਹਿਯੋਗ ਨਾਲ ਚੱਲ ਰਿਹਾ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਨਾ ਕਰਦੇ ਤਾਂ ਉਹ ਇਲਾਜ ਤੱਕ ਆਪਾਂ ਪਹੁੰਚ ਨਹੀਂ ਸਕਦੇ ਸੀ ਅਤੇ ਉੱਥੋਂ ਹੀ ਇਹਨਾਂ ਨੂੰ ਆਪਣਾ ਨੰਬਰ ਮਿਲ ਗਿਆ ਹੈ ਨਾ ਅਤੇ ਆਪਾਂ ਆਏ ਅਤੇ ਦੋਸਤੋ ਤੁਸੀਂ ਸਾਰਿਆਂ ਨੇ ਸ਼ੇਅਰ ਕਰਨੀ ਹੈ ਅਤੇ ਥੋੜ੍ਹੀ ਥੋੜ੍ਹੀ ਮਦਦ ਪਰਿਵਾਰ ਨੂੰ ਕਰਨੀ ਆ ਅਤੇ ਦੋਸਤੋ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਸਾਡਾ ਕੋਈ ਵੀ ਅਕਾਊਂਟ ਨੰਬਰ ਨਹੀਂ ਹੈਗਾ ਸਾਡੇ ਨਾਮ 'ਤੇ ਕਿਸੇ ਨੂੰ ਵੀ ਕੋਈ ਪੈਸਾ ਨਾ ਦਿੱਤਾ ਜਾਵੇ ਅਸੀਂ ਪਰਿਵਾਰ ਦਾ ਹੀ ਕੰਟੈਕਟ ਨੰਬਰ ਦੇਵਾਂਗੇ ਪਰਿਵਾਰ ਦਾ ਹੀ ਅਕਾਊਂਟ ਨੰਬਰ ਦੇਵਾਂਗੇ ਦੋਸਤੋ ਅਤੇ ਤੁਸੀਂ ਪਰਿਵਾਰ ਨੂੰ ਆ ਕੇ ਮਿਲੋ ਮੈਂ ਤੁਹਾਨੂੰ ਵਾਰੀ ਵਾਰੀ ਦੱਸਣਾ ਚਾਹੁੰਦਾ ਝਨੀਰ ਜਦੋਂ ਆਪਾਂ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਜੀ ਇਹ ਮਾਨਸਾ ਜ਼ਿਲ੍ਹੇ ਦੇ ਬਾਰਡਰ 'ਤੇ ਪਿੰਡ ਆ ਜੀ ਇਹ ਪਿਲਸੀਆਂ ਪਿੰਡ ਆ ਜੀ ਫਤਿਹਾਬਾਦ ਜ਼ਿਲ੍ਹਾ ਜੀ ਇਹ ਅਤੇ ਮੈਂ ਵੀਰ ਦਾ ਨੰਬਰ ਵੀ ਤੁਹਾਨੂੰ ਬਾਅਦ 'ਚੋਂ ਦਊਂਗਾ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਵੀਰ ਨੂੰ ਆ ਕੇ ਸਿੱਧੀ ਹੈਲਪ ਕਰ ਸਕਦੇ ਹੋ ਹੈ ਨਾ ਤਾਂ ਜੋ ਜਦੋਂ ਪੈਸੇ ਆਉਣਗੇ ਅੱਛਾ ਪਿੰਡ ਨੇ ਸਾਨੂੰ ਬਹੁਤ ਵਿਸ਼ਵਾਸ ਦਵਾਇਆ ਸਾਰੇ ਪਿੰਡ ਦੇ ਵੀਰ ਭਰਾ ਉਰੇ ਹੈਗੇ ਨੇ ਉਹ ਕਹਿੰਦੇ ਅਸੀਂ ਪਹਿਲਾਂ ਵੀ ਮਦਦ ਕੀਤੀ ਆ ਵੀ ਹੁਣ ਵੀ ਨਾਲ ਤੁਰਾਂਗੇ ਸਾਰੇ ਪਿੰਡ ਨੇ ਕਿਹਾ ਮੈਂ ਦੋਸਤੋ ਇੱਕ ਗੱਲ ਸਮਝਦਾ ਪਰ ਫਿਰ ਵੀ ਇੰਨਾ ਪੈਸਾ ਇਕੱਠਾ ਹੋਣਾ ਬਹੁਤ ਔਖਾ ਕਿਉਂਕਿ ਥੋੜ੍ਹੇ ਨਾਲ ਇਹ ਸਮੁੰਦਰ ਭਰਨਾ ਹੈ ਨਾ ਅਤੇ ਦੋਸਤੋ ਮੈਂ ਹਾਲਾਤ ਦੇਖ ਕੇ ਹੈਰਾਨ ਹਾਂ ਤੁਸੀਂ ਖੁਦ ਦੇਖੋਗੇ ਵੀ ਇਸ ਵੀਰ ਦਾ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਅੱਛਾ ਮੈਂ ਤੁਹਾਨੂੰ ਪਰਿਵਾਰ ਦੀ ਗੱਲ ਦੱਸਣਾ ਚਾਹੁੰਦਾ ਪਰਿਵਾਰ ਦੇ ਵਿੱਚ ਸਿਰਫ ਬੇਬੇ ਜੀ ਦੇ ਬਾਪੂ ਜੀ ਨੇ ਜਿਨ੍ਹਾਂ ਦੀ ਉਮਰ 90-90 ਸਾਲ ਆ ਘਰ ਨੂੰ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈਗਾ ਕਿਸੇ ਪਾਸਿਓਂ ਸਿਰਫ ਇਹਨਾਂ ਨੂੰ ਇੱਕ ਪੈਨਸ਼ਨ ਆਉਂਦੀ ਹੈ 1800 ਰੁਪਇਆ ਜਿਹਦੇ ਕਰਕੇ ਰੋਟੀ ਖਾ ਰਹੇ ਨੇ ਹੈ ਨਾ ਇਹਨਾਂ ਦਾ ਕੋਈ ਕਿਸੇ ਪਾਸਿਓਂ ਆਮਦਨ ਨਹੀਂ ਕੋਈ ਆਮਦਨ ਹੁੰਦੀ ਆ ਘਰ ਦੇ ਵਿੱਚ ਤਾਂ ਬੰਦਾ ਵਧੀਆ ਤਰੀਕੇ ਨਾਲ ਜ਼ਿੰਦਗੀ ਜੀ ਸਕਦਾ ਹੈ ਨਾ ਜਦੋਂ ਘਰ ਨੂੰ ਆਮਦਨ ਨਹੀਂ ਫਿਰ ਜੀਣੀ ਦਾ ਕੀ ਇਲਾਜ ਵੀ ਨਹੀਂ ਹੋ ਰਿਹਾ ਦੋਸਤੋ ਮੈਂ ਸਮਝਦਾ ਵੀਡੀਓ ਨੂੰ ਦੇਖ ਕੇ ਕਿਸੇ ਨੇ ਵੀ ਛੱਡਣਾ ਨਹੀਂ ਹੈਗਾ ਵੀਰੇ ਮੇਰੀਆਂ ਭੈਣਾਂ ਸਾਰੀਆਂ ਸ਼ੇਅਰ ਕਰਨ ਇਸ ਚੀਜ਼ ਨੂੰ ਹੈ ਨਾ ਅਤੇ ਮੈਂ ਗਰੁੱਪਾਂ ਦਾ ਬੜਾ ਧੰਨਵਾਦ ਕਰਦਾ ਉਹਨਾਂ ਨੇ ਪਹਿਲਾਂ ਸਾਰੀਆਂ ਵੀਡੀਓ ਸ਼ੇਅਰ ਕੀਤੀਆਂ ਤਾਂ ਹੀ ਉਹਨਾਂ ਦਾ ਇਲਾਜ ਚੱਲ ਰਿਹਾ ਇੱਕ ਵੀਰ ਦਾ ਕਕਰਾਲੇ ਪਿੰਡ ਤੋਂ ਅਤੇ ਹੋਰ ਵੀ ਕਈਆਂ ਦਾ ਇਲਾਜ ਚੱਲ ਰਿਹਾ ਤੁਹਾਡੇ ਸਾਰਿਆਂ ਕਰਕੇ ਤੁਸੀਂ ਬੜੇ ਸਿਆਣੇ ਹੋ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਆਪਾਂ ਵੀਰੇ ਦੇ ਰੀੜ ਦੀ ਹੱਡੀ ਦਾ ਇਲਾਜ ਕਰਵਾ ਸਕਦੇ ਹਾਂ ਕਿਉਂਕਿ ਜਦੋਂ ਰੀੜ ਦੀ ਹੱਡੀ ਦਾ ਇਲਾਜ ਮੈਂ ਸਮਝਦਾ ਜੇ 100% ਨਹੀਂ ਵੀ ਹੋਊਗਾ ਥੋੜ੍ਹੇ ਪਰਸੈਂਟ ਹੋ ਜੂ ਤਾਂ ਵੀਰ ਚੱਲਦਾ ਫਿਰਦਾ ਹੋ ਜੂਗਾ ਜਿਵੇਂ ਕਿ ਹੁਣ ਇਹਨਾਂ ਨੂੰ ਵਾਸ਼ਰੂਮ ਵੀ ਅੱਛੀ ਕਰਵਾਉਂਦੇ ਨੇ ਹੈ ਨਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇੱਕ ਮਾਂ ਬਾਪਾਂ ਦੇ ਦਿਲ 'ਤੇ ਕੀ ਜਾਂਦੀ ਹੋਊਗੀ ਅਤੇ ਆਪਾਂ ਇਸ ਵੀਡੀਓ ਨੂੰ ਦੇਖ ਕੇ ਛੱਡਣਾ ਨਹੀਂ ਦੋਸਤੋ ਆਪਾਂ ਇਸ ਚੀਜ਼ ਨੂੰ ਫੀਲ ਕਰਨਾ ਹੈ ਨਾ ਅਤੇ ਪਰਿਵਾਰ ਨੂੰ ਸਿੱਧੇ ਹੀ ਆ ਕੇ ਮਿਲੋ ਨਹੀਂ ਮਿਲਿਆ ਜਾਂਦਾ ਦੋਸਤੋ ਮੈਂ ਮੇਰਾ ਨੰਬਰ ਵੀ ਵੀਡੀਓ 'ਚ ਬੋਲੂੰਗਾ ਅਤੇ ਤੁਸੀਂ ਮੇਰੇ ਤੋਂ ਐਡਰੈਸ ਲੈ ਸਕਦੇ ਹੋ ਪਰਿਵਾਰ ਦਾ ਅਤੇ ਵੀਰ ਜੀ ਤੁਸੀਂ ਦੱਸੋ ਕਿੰਨੇ ਕੁ ਸਾਲ ਤੋਂ ਅਤੇ ਕਿਵੇਂ ਕੀ ਗੱਲ ਸੀ ਜੀ ਇਹ ਵੀਰ ਜੀ ਘੱਟੋ ਘੱਟ ਲਗਭਗ 14-15 ਸਾਲ ਤੋਂ ਜ਼ਿਆਦਾ ਹੋ ਗਿਆ ਸਮਾਂ ਇਹ ਮੰਜੇ ਦੀ ਪੈਣੀ ਇਸ ਤਰ੍ਹਾਂ ਰੀੜ ਦੀ ਹੱਡੀ ਟੁੱਟ ਗਈ ਸੀ ਖੂਹ 'ਚ ਡਿੱਗਣ ਕਾਰਨ ਓਕੇ ਜੀ ਉਹ ਦੱਸ ਰਹੇ ਨੇ ਕਹਿੰਦੇ ਵੀ ਖੂਹ ਦੇ ਵਿੱਚ ਵੀਰਾ ਡਿੱਗਿਆ ਕਿਸੇ ਕਾਰਨ ਕਰਕੇ ਅਤੇ ਹੁਣ 14 ਸਾਲਾਂ ਤੋਂ ਮੰਜੇ 'ਤੇ ਪਿਆ ਰੀੜ ਦੀ ਹੱਡੀ ਦਾ ਇਲਾਜ ਤਾਂ ਨਹੀਂ ਕਰਵਾ ਸਕੇ ਕਿਉਂਕਿ ਪਰਿਵਾਰ ਕੋਲ ਪੈਸਾ ਨਹੀਂ ਰੀੜ ਦੀ ਹੱਡੀ ਦਾ ਇਲਾਜ ਕਰਾਉਣ ਲਈ ਬਹੁਤ ਪੈਸੇ ਦੀ ਲੋੜ ਆ ਜੇ ਪੈਸਾ ਹੋਊਗਾ ਤਾਂ ਹੀ ਇਲਾਜ ਹੋਊਗਾ ਇਹਨਾਂ ਵੀਰਾਂ ਕੋਲ ਮੈਂ ਆ ਕੇ ਜਦੋਂ ਪੁੱਛਿਆ ਮੈਂ ਕਿਹਾ ਜੀ ਕੋਈ ਰਿਪੋਰਟਾਂ ਤਾਂ ਤਦ ਹੀ ਕਰਾਉਣਗੇ ਨਾ ਜੇ ਪੈਸਾ ਹੋਊਗਾ ਪਰਿਵਾਰ ਕੋਲ ਜਦੋਂ ਪੈਸਾ ਹੀ ਨਹੀਂ ਹੈਗਾ 14 ਸਾਲਾਂ ਤੋਂ ਬਸ ਇੱਕ ਵੇਟ ਕਰ ਰਹੇ ਨੇ ਜ਼ਿੰਦਗੀ ਦੀ ਇੱਕ ਜ਼ਿੰਦਗੀ ਨੂੰ ਕੱਢ ਰਹੇ ਨੇ ਹੌਲੀ ਹੌਲੀ ਅੱਜ ਕੱਲ੍ਹ ਜ਼ਿੰਦਗੀ ਨੂੰ ਜੀ ਰਹੇ ਨੇ ਹੈ ਨਾ ਇੱਕ ਆਪਦੇ ਤਰੀਕੇ ਨਾਲ ਪਰ ਦੋਸਤੋ ਮੈਂ ਸਮਝਦਾ ਆਪਣੇ ਲਈ ਬੜੀ ਸ਼ਰਮ ਦੀ ਗੱਲ ਆ ਜੇ ਕੋਈ 5-7-10 ਲੱਖ ਪਿੱਛੇ ਕਿਸੇ ਦੀ ਜਾਨ ਜਾਂਦੀ ਆ ਤਾਂ ਆਪਾਂ ਤੋਂ ਬੜੀ ਸ਼ਰਮ ਦੀ ਗੱਲ ਕਿਸੇ ਨੂੰ ਹੁੰਦੀ ਹੈ ਨਾ ਤੇ ਵੀਰ ਤੁਸੀਂ ਇੱਕ ਗੱਲ ਦੇਖ ਸਕਦੇ ਹੋ ਵੀ ਜਿਹੜਾ ਬੰਦਾ ਆਪਾਂ ਨੂੰ ਇੱਕ ਦਿਨ ਕਮਰੇ 'ਚ ਕੱਟਣਾ ਬਹੁਤ ਔਖਾ ਹੋ ਜਾਂਦਾ 14 ਸਾਲ ਬਹੁਤ ਵੱਡੇ ਦਿਨ ਹੁੰਦੇ ਨੇ ਤੇ ਸਾਡੇ ਵੱਲੋਂ ਵੀਰ ਜੀ ਉਹਨਾਂ ਵੱਲੋਂ ਦਸਵੰਦਾ ਸੀ ਵੀਰ ਦੀ 10,000 ਰੁਪਏ ਦੀ ਹੈਲਪ ਵੀ ਕਰਕੇ ਜਾ ਰਹੇ ਹਾਂ ਵੀਰ ਦੀ ਸਾਡੇ ਵੱਲੋਂ ਜਿੰਨਾ ਕੁ ਹੁੰਦਾ ਕਿਉਂਕਿ ਸਾਨੂੰ ਕਿਸੇ ਪਾਸੋਂ ਕੋਈ ਪੈਸਾ ਨਹੀਂ ਆਉਂਦਾ ਹੈ ਨਾ ਸਾਨੂੰ ਤੁਸੀਂ ਸਾਨੂੰ ਸਵਾਲ ਵੀ ਕੀਤੇ ਸਾਡੇ ਵੱਲੋਂ ਦੋਸਤੋ ਸਿਰਫ ਜਿੰਨੀ ਕੁ ਮਦਦ ਹੁੰਦੀ ਸਾਡੇ ਦੋਸਤਾਂ ਵੱਲੋਂ ਹੁੰਦੀ ਆ ਤੇ ਬਾਕੀ ਤੁਸੀਂ ਮਦਦ ਭੇਜਣੀ ਆ ਵੀਰ ਨੂੰ ਹਾਂ ਅਸੀਂ ਤੁਹਾਨੂੰ ਨੰਬਰ ਦਿੰਦੇ ਹਾਂ ਵੀਰ
81463 32595। दोस्तों वीर रघुवीर सिंह का नंबर आ, इन्हों फोन की करो, इन्होंने तो अकाउंट नंबर लें आप अकाउंट सीधे ही परिवार न जुड़ना, सीधी उन्होंने हेल्प करनी है। तो दोस्तों एक मैं होर गल दसना चाहना, साढ़े नाम से कुछ लोगों ने पैसे भी इकट्ठा किए, वह परिवारों तक पहुंचे नहीं है, परिवारों तक उही पहुंचे जी सीधी मदद की है। मैं दसना चाहना दोस्तों मेरा पाल खरौड़ के नाम तो पेज आ, तुम पेज तो इंफोरमेशन लैके ही परिवार की सीधी मदद करो, है ना। तो मेरा दोस्तों नंबर आ 7307000085 7304085 नंबर दोस्तों। तो इन्होंने नंबर से कॉन्टैक्ट करके ही परिवार को मदद दी जाए दोस्तों। तो वीडियो में देख के छड़ो ना वीरे, तुम सारे बड़े समझदार हो, तुम शेयर करोगे थोड़े पिछों आपको कोई ऐसा वीर प्यारा भाई मिल जूगा जिहड़ा वीर का इलाज कराने लई जां थोड़ा जिहा दसवंध देण लई तैयार है ना। सारे आप थोड़े थोड़े करके इस चीज़ को आप इस मुसीबत की घड़ी के परिवार को कढ़ीए, आप इन्हों का साथ देना दोस्तों नाल। तो बाकी मैं समझदा जी ਸਾਡੇ ਵੱਲੋਂ ਵੀਰ ਵੱਲੋਂ ਦਸਬੰਧ ਸੀ, ਅਸੀਂ ਦੇ ਚੱਲੇ ਹਾਂ ਪਰਿਵਾਰ ਨੂੰ ਜੀ ਦੇ ਕੇ ਜਾ ਰਹੇ ਹਾਂ ਨਾ। ਤੇ ਦੋਸਤੋ ਹੁਣ ਤੁਹਾਡਾ ਫਰਜ਼ ਤੁਸੀਂ ਨਿਭਾਉਣਾ, ਪਰ ਮੈਂ ਵਾਰੀ ਵਾਰੀ ਇਹ ਗੱਲ ਕਹਿਣਾ ਚਾਹੁੰਦਾ ਜੇ ਆਪਣੇ 10 ਲੱਖ ਪਿੱਛੇ ਕਿਸੇ ਦੀ ਜਾਨ ਜਾਊਗੀ ਆਪਣੇ ਤੋਂ ਬੜੀ ਸ਼ਰਮ ਦੀ ਗੱਲ ਬਿਲਕੁਲ ਵੀ ਨਹੀਂ ਹੈਗੀ ਦੋਸਤੋ। ਤੁਸੀਂ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ, ਦੇਖਿਓ ਤੇ ਪਰਿਵਾਰ ਦਾ ਅਸੀਂ ਉੱਪਰ ਅਕਾਊਂਟ ਨੰਬਰ ਦੇਵਾਂਗੇ, ਪਰਿਵਾਰ ਨੂੰ ਥੋੜ੍ਹੇ ਤੋਂ ਥੋੜ੍ਹਾ ਕਰਕੇ ਜ਼ਰੂਰ ਪਰਿਵਾਰ ਨੂੰ ਪੈਸੇ ਭੇਜਿਓ, ਤਾਂ ਜੋ ਜੇ ਵੀਰ ਦਾ ਇਲਾਜ ਹੁੰਦਾ ਬਹੁਤ ਚੰਗੀ ਗੱਲ ਆ। ਜੇ ਕਈ ਵਾਰੀ ਇਲਾਜ 100% ਨਹੀਂ ਵੀ ਸਹੀ ਹੁੰਦਾ, ਠੀਕ ਆ, ਜੇ ਪੈਸਾ ਉਹ ਘਰ 'ਚ ਵੀਰ ਸਹੀ ਤਰੀਕੇ ਨਾਲ ਜ਼ਿੰਦਗੀ ਦਾ ਜੀ ਸਕਦਾ ਨਾ। ਹੁਣ ਸਿਰਫ 1800 ਰੁਪਏ ਮਹੀਨੇ 'ਤੇ ਜ਼ਿੰਦਗੀ ਜੀ ਰਿਹਾ ਬੰਦਾ 14 ਸਾਲ ਤੋਂ। ਅਤੇ ਦੋਸਤੋ ਮੈਂ ਸਮਝਦਾ ਤੁਸੀਂ ਸਾਡੀ ਸਹਾਇਤਾ ਕਰਦੇ ਰਹੋ ਸਾਰਿਆਂ ਦੀ, ਅਤੇ ਅਸੀਂ ਇਹੋ ਜਿਹੇ ਵੀਰ ਪਿਆਰੇ ਭਾਜੀ ਨੂੰ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ। ਅਤੇ ਅਸੀਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਪਹਿਲਾਂ ਜੋ ਤੁਸੀਂ ਸਾਰਿਆਂ ਨੇ ਮਦਦ ਭੇਜੀ ਆ, ਜੋ ਭੈਣ ਦਾ ਵੀ ਇਲਾਜ ਚੱਲ ਰਿਹਾ ਕੈਂਸਰ ਵਾਲੀ ਦਾ, ਅਤੇ ਉਹ ਵੀਰ ਦਾ ਵੀ ਇਲਾਜ ਚੱਲ ਰਿਹਾ ਜਿਹਦੇ ਗੰਦਗੀ ਦੀ ਪੈਪਾ ਢਿੱਡ 'ਤੇ, ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਆ, ਤੁਹਾਡਾ ਸਾਰਿਆਂ ਦਾ ਹੀ ਅਸੀਂ ਬੜਾ ਧੰਨਵਾਦ ਕਰਾਂਗੇ। ਅਤੇ ਤੁਹਾਡੇ ਲਈ ਸਾਡੇ ਕੋਲੋਂ ਦੁਆਵਾਂ ਨੇ ਦੋਸਤੋ, ਤੁਸੀਂ ਸਾਡਾ ਇਸ ਚੀਜ਼ 'ਚ ਸਾਥ ਦੇਵੋਗੇ ਨਾ ਤਾਂ ਸਾਡੇ ਕੋਲੋਂ ਤੁਹਾਡੇ ਲਈ ਦੁਆਵਾਂ ਨੇ, ਸਾਡੇ ਕੋਲ ਹੋਰ ਕੁਛ ਨਹੀਂ ਹੈਗਾ। ਅਤੇ ਤੁਸੀਂ ਸਾਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਹੈ ਨਾ, ਤਾਂ ਜੋ ਇਹ ਸਾਰਿਆਂ ਕੋਲ ਵੀਡੀਓ ਪਹੁੰਚ ਸਕੇ, ਅਤੇ ਵੀਡੀਓ ਨੂੰ ਸਾਰਾ ਦੇਖ ਕੇ ਤਾਂ ਵੀਰ ਦੀ ਮਦਦ ਥੋੜ੍ਹੇ 'ਚ ਥੋੜ੍ਹਾ ਟਾਈਮ ਕੱਢ ਕੇ ਤਾਂ ਵੀਰ ਦੀ ਮਦਦ ਜ਼ਰੂਰ ਦੋਸਤੋ ਕਰੋ। ਅਤੇ ਸਾਡੀ ਹੱਥ ਜੋੜ ਕੇ ਇਹੀ ਬੇਨਤੀ ਹੈ ਤੁਹਾਡੇ ਅੱਗੇ, ਅਤੇ ਅਸੀਂ ਵੀਰ ਦਾ ਨੰਬਰ ਪਹਿਲਾਂ ਵੀਡੀਓ 'ਚ ਬੋਲ ਚੁੱਕੇ ਹਾਂ, ਅਤੇ ਮੇਰਾ ਨੰਬਰ ਵੀ ਬੋਲ ਚੁੱਕੇ ਹਾਂ। ਅਤੇ ਦੋਸਤੋ ਸਾਡੇ ਨੰਬਰਾਂ 'ਤੇ ਕੰਟੈਕਟ ਕਰਕੇ ਹੀ ਪਰਿਵਾਰ ਨੂੰ ਪੈਸੇ ਦਿੱਤੇ ਜਾਣ, ਠੀਕ ਹੈ ਵੀਰੇ? ਠੀਕ ਹੋ ਜੀ, ਠੀਕ ਹੈ, ਹੈ ਨਾ, ਓਕੇ।